ਚੂੜਿਆਂ ਦਾ ਕੰਮ ਇੱਕੋ ਹੀ ਆ, ਨਾਲੀਆਂ ਨੂਲੀਆਂ ਸਾਫ਼ ਕਰੋ, ਮਾਰੀ ਮਾਰੀ ਰੱਬ ਦੀ। ਉਹ ਸ਼ਿਵਲਿੰਗ ਤੇ ਨਵੀਆਂ ਵਿਆਹੀਆਂ ਨਾ ਸੁਹਾਗ ਰਾਤ ਤੋਂ ਪਹਿਲਾਂ ਸ਼ਿਵਲਿੰਗ ਤੇ ਆਪਦੀ ਸਾੜੀ ਚੱਕ ਕੇ ਨਾ ਉਹਦੇ ਸ਼ਿਵਲਿੰਗ ਤੇ ਆਪਦਾ ਘੁੱਸਾ ਘਸਾਉਂਦੀਆਂ। ਜਿਹੜਾ ਸਾਡਾ ਯਿਸੂ ਸਲੀਬ ਦੇ ਉੱਤੇ ਚੜਿਆ ਸੀ ਉਹ ਸਰਦਾਰੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ, ਮਾਂ ਕਿਤੇ ਹੋਰ ਚਦਮਣਾ ਹੈ, ਉਹ ਫਿਰਦਾ ਕਿਤੇ ਹੋਰਾਂ ਭੈਣ ਜਿਹਾ ਯਾਰਾ, ਤੈਨੂੰ ਸ਼ਰਮ ਨਹੀਂ ਆਉਂਦੀ? ਹਾਂਜੀ ਸਤਿ ਸ੍ਰੀ ਅਕਾਲ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਕੋਲ ਮਾਫੀ ਮੰਗਦਾ ਹਾਂ, ਕਿਉਂਕਿ ਅੱਜ ਹੋ ਸਕਦਾ ਹੈ ਮੇਰੇ ਮੂੰਹ 'ਚ ਕੋਈ ਗਾਲ ਨਿਕਲ ਜਾਵੇ, ਤੇ ਜੇ ਮੇਰੇ ਮੂੰਹ 'ਚ ਗਾਲ ਨਿਕਲਦੀ ਆ ਤੇ ਉਹਦੀ ਵਜ੍ਹਾ ਇਹ ਹੋਵੇਗੀ। ਰੱਬ ਨੂੰ ਪਤਾ ਬਈ ਜੱਟ ਦੀ ਦਿਹਾੜੀ ਸ਼ੁਰੂ ਹੁੰਦੀ ਗਾਲ ਤੋਂ, ਲੋਕੀ ਕਹਿੰਦਾ ਵਾਹਿਗੁਰੂ ਵਾਹਿਗੁਰੂ। ਜਿਹਨਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਇਹਦਾ ਨਾਮ ਰਣਧੀਰ ਮਾਨ ਤੇ ਇਹਨੂੰ ਚਾਹਣ ਵਾਲੇ ਪਿਆਰ ਨਾਲ ਚਾਚਾ ਕਹਿੰਦੇ ਆ। ਤੇ ਜਿਵੇਂ ਇਹਨੇ ਕਿਹਾ ਹੈ ਕਿ ਇਹ ਦਿਨ ਦੀ ਸ਼ੁਰੂਆਤ ਗਾਲ ਤੋਂ ਹੁੰਦੀ ਹੈ ਤੇ ਉਸੇ ਤਰ੍ਹਾਂ ਅਸੀਂ ਵੀ ਇਸੇ ਪਰੰਪਰਾ ਨੂੰ ਜਾਰੀ ਰੱਖਾਂਗੇ ਤੇ ਵੀਡੀਓ ਸ਼ੁਰੂਆਤ ਗਾਲ ਤੋਂ ਹੀ ਕਰਾਂਗਾ। ਤੇ ਮੈਂ ਕਹਿਣਾ ਚਾਹੁੰਦਾ ਦੁਨੀਆ ਚੰਦ ਤੇ ਚਾਚਾ ਤੇ ਇਹਦੇ ਪਿੱਛੇ ਜੇ ਮੇਰੇ ਤੇ ਕਿਉਂ ਸ਼ੁਰੂ ਕਰਦੇ ਵੀਡੀਓ ਬਿਨਾਂ ਕਿਸੇ ਬਕਚੋਦੀ ਤੋਂ। ਅਸਲੀ ਆ ਮੇਰਾ ਅਕਾਊਂਟ ਰਣਧੀਰ 19 ਤੋਂ ਮੈਂ ਕਰ ਰਿਹਾ, ਆ ਮੇਰਾ ਪਾਇਲਟ ਲਾਇਸੈਂਸ, ਮੈਨੂੰ 30 ਸਾਲ ਹੋ ਗਏ ਜਹਾਜ਼ ਚਲਾਉਂਦੇ ਨੂੰ, 30 ਸਾਲ ਤੁਹਾਡੀ ਉਮਰ ਨਹੀਂ ਹੋਣੀ, ਠੀਕ ਹੈ ਨਾ। ਪਰ ਉਹ ਪਾਇਲਟ ਦੱਸਦਾ ਏ ਹਰ ਦੂਏ ਦਿਨ ਕੋਈ ਨਾ ਕੋਈ ਵੀਡੀਓ ਪਾਵੇਗਾ, ਕਦੀ ਆਪਣੀ ਫੋਟੋ ਦੱਸੇਗਾ ਐਡਿਟ ਕਰਕੇ ਤੇ ਕਦੀ ਕੁੜੀ ਚੋਂ ਦਾ ਕੋਈ ਸਬੂਤ ਲੈ ਕੇ ਆਏਗਾ ਕਿ ਮੈਂ ਪਾਇਲਟ ਹਾਂ, ਕਿਉਂਕਿ ਇਹਨੂੰ ਪਤਾ ਹੈ ਲੋਕਾਂ ਨੇ ਯਕੀਨ ਕਰਨਾ ਨਹੀਂ ਹੈ। ਇਹ ਕੌਣ ਹੈ? ਇਹ ਮੇਰਾ ਦੋਸਤ ਹੈ ਜੀ, ਸ਼ਕਲੋਂ ਤੇ ਚੋਰ ਲੱਗਦਾ ਹੈ, ਭੈਣ ਦੀ ਚੌੜਾ ਹੋਣਾ, ਤੁਹਾਡੀ ਮਾਂ ਦਾ ਵੀ ਤੇ ਹੋਣਾ। ਲੋਕਾਂ ਦੀ ਮਾਵਾਂ ਭੈਣ ਦੇ ਗੁਪਤ ਅੰਗ ਦੀ ਗੱਲ ਕਰ ਰਹੇ ਹੈ ਕਿ ਕਿੰਨਾ ਖੁੱਲਾ ਹੋਵੇਗਾ ਜਿੱਦਾਂ ਇਹਦੀ ਬੇਬੇ ਪੇਟੀ ਪੈਕ ਤੁਰੀ ਫਿਰਦੀ ਹੈ। ਯਾਰ ਪੇਟੀ ਪੈਕ ਚੇਤਾ ਆ, ਹੋ ਸਕਦਾ ਇਹਦੀ ਬੇਬੇ ਸੱਚੀ ਪੇਟੀ ਪੈਕ ਹੋਵੇ, ਕਿਉਂਕਿ ਜਿੰਨਾ ਇਹ ਗੰਦ ਬਕਦਾ ਹੈ ਨਾ ਇਹ ਦਿਮਾਗ 'ਚ ਗੰਦ ਭਰਿਆ ਪਿਆ ਨਾ, ਇਹ ਸਾਲਾ ਪੱਕਾ ਗੂਬਲੀ ਨਾੜ 'ਚੋਂ ਨਿਕਲਿਆ ਹੋਣਾ ਤੇ ਬੇਬੇ ਦੀ ਝਾੜ ਝੂੜ ਕੇ ਨਾ ਇਹਨੂੰ ਘਰ ਲੈ ਗਈ ਹੋਣੀ ਹੈ, ਕਹਿੰਦੀ ਨਾ ਦੇਖੋ ਮੈਨੂੰ ਗਿਫਟ ਮਿਲਿਆ ਹੈ। ਮੈਂ ਰੇਸਿਸ ਨਹੀਂ ਹੈਗਾ, ਕਹਿਣਾ ਮਤਲਬ ਇਹ ਆ ਕਿ ਮੈਂ ਨਹੀਂ ਦੇਖਣਾ ਕੋਈ ਘਬਾਰੀ ਆ ਚਮਾਰੀ ਆ ਤਖਾਣੀ ਆ ਕਿ ਲਬਾਣੀ ਆ, ਸਾਰੀਆਂ ਇੱਕੋ ਹੀ ਆ ਮੇਰੇ ਲਈ। ਲੋਕਾਂ ਦੇ ਜਨਮ ਸਰਟੀਫਿਕੇਟ ਉੱਪਰ ਭਾਪੇ ਨਾਲ ਲਿਖਿਆ ਹੁੰਦਾ ਹੈ ਨਾ, ਪਰ ਇਹਦਾ ਉਹ ਖਾਨਾ ਖਾਲੀ ਹੋਣਾ ਆ, ਤਾਂ ਹੀ ਸਾਲਾ ਇਹਨਾਂ ਕਲਪਿਆ ਫਿਰਦਾ ਹੈ। ਥੱਪੜ ਪਤਾ ਕਿੱਡਾ ਕਿੱਡਾ ਘੈਂਟ ਆ, ਧੌਣ ਤੋੜ ਕੇ ਰੱਖ ਦੂੰ ਮੈਂ, ਚਾਹੇ ਮੇਰਾ ਹੱਥ ਟੁੱਟ ਜੇ, ਚਾਹੇ ਇੰਨਾ ਘੁਮਾ ਕੇ ਮੈਂ ਮਾਰਨਾ, ਮੁੜ ਕੇ ਨਹੀਂ ਉੱਠਣਾ, ਤੇ ਲਵਾਣੇ ਨਹੀਂ ਉੱਠਣਾ, ਤੇ ਲਵਾਣਿਓ। ਮੈਨੂੰ ਤਾਂ ਲੱਗਦਾ ਇਹ ਜਨਾਨੀ ਜੀ ਇਹਦੀ ਕੁੜੀ ਨੂੰ ਪੱਕਾ ਕਿਸੇ ਲਵਾਣੇ ਰੀਝ ਨਾਲ ਬਜਾਈ ਹੋਣੀ ਹੈ ਤੇ ਮੁੜ ਖੇਤਾਂ 'ਚ ਬਜਾਈ ਹੋਣੀ ਹੈ, ਜਿਸ ਹਿਸਾਬ ਨਾਲ ਲਵਾਣੇ ਨੂੰ ਗਾਲਾਂ ਕੱਢਦਾ ਪਿਆ। ਹਿੰਦੂ ਵੀਰ ਅੱਗੇ ਮੇਰੀ ਬੇਨਤੀ ਹੈ, ਇਹਦੀ ਗੱਲ ਦਾ ਗੁੱਸਾ ਨਾ ਕਰਿਓ, ਹਾਂ ਤੁਹਾਨੂੰ ਜੇ ਕਿਤੇ ਮਿਲਦਾ ਨਾ ਇਹਦੀ ਡੈਹ ਜ਼ਰੂਰ ਪਾੜਿਓ, ਕਿਉਂਕਿ ਇਹ ਸਾਲਾ ਦੇ ਆਪਣੇ ਧਰਮ ਨੂੰ ਗਾਲਾਂ ਕੱਢਦਾ ਹੈ, ਸਿੱਖਾਂ ਨੂੰ ਗਾਲਾਂ ਕੱਢਦਾ ਹੈ ਤੇ ਗੁਰਬਾਣੀ ਤੁੱਕਾਂ ਦੀ ਗਲਤ ਵਿਆਖਿਆ ਕਰਦਾ ਹੈ। ਕੁੜੀ ਦੀਆਂ ਬੜੀਆਂ ਬੜੀਆਂ ਡੋਰ ਦੇ ਪਿੰਨੇ ਬਣਾਏ ਜੀ, ਡੋਰ ਦੇ ਪਿੰਨੇ ਬਣਾਏ, ਉਹਨਾਂ ਦੀ ਕੁੜੀ ਦੇ ਵੱਡੇ ਵੱਡੇ ਉਹਨਾਂ ਦੀ ਕੁੜੀ ਦੇ ਵੱਡੇ ਵੱਡੇ ਕੱਟ ਕੱਟ ਫੱਟੇ ਬਣਾਏ ਜੀ, ਹਮ ਕਰ ਸਾਜਣਾ। ਜਿਹੜਾ ਇਹਨੇ ਸ਼ਬਦ ਬੋਲਿਆ ਇਹ ਗੁਰਬਾਣੀ ਦੀ ਇੱਕ ਤੁੱਕ ਹੈ, ਆਹ ਤੁਹਾਨੂੰ ਮੈਂ ਦੱਸਦਾ ਆ। ਹੁਣ ਇਹ ਦੇਖੋ ਗੁਰਬਾਣੀ ਤੁੱਕਾਂ ਨੂੰ ਕਿੱਦਾਂ ਤੋੜ ਮਰੋੜ ਕੇ ਗਲਤ ਵਿਆਖਿਆ ਕਰ ਰਿਹਾ ਹੈ। ਜਿੰਨੇ ਅਮਰੀਕਾ ਸਿੱਖ ਰਹਿੰਦੇ ਆ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਵਰਸ਼ੇ ਤਿੱਖੇ ਕਰਕੇ ਰੱਖੋ, ਜਿੱਥੇ ਤੁਹਾਨੂੰ ਇਹ ਸਾਲਾ ਮਿਲਦਾ ਨਾ ਇਹਦੇ ਬੋਣ 'ਚ ਵਰਸ਼ਾ ਪਾ ਕੇ ਮੂੰਹ ਥਾਣੀ ਬਾਹਰ ਕੱਢੋ। ਗੁਰਦੁਆਰਾ ਜਿੰਨੇ ਖੋਲੇ ਨਾ ਸਾਰੇ ਬੰਦ ਕਰਾ ਦੇਣੇ, ਮਾੜੀਆਂ ਜਾਤਾਂ ਨੇ, ਸਿਰਫ ਜੱਟਾਂ ਦਾ ਗੁਰਦੁਆਰਾ ਖੋਲੂਗਾ। ਇਹੋ ਜਿਹੇ ਬੰਦੇ ਨਾ ਮੈਂਟਲੀ ਅਪਸੈਟ ਹੁੰਦੇ ਆ, ਹਰ ਧਰਮ ਨੂੰ ਗਾਲਾਂ ਕੱਢਦੇ ਆ, ਹਰ ਜਾਤ ਨੂੰ ਗਾਲਾਂ ਕੱਢਦੇ ਆ ਤੇ ਆਪਣੇ ਲੋਕਾਂ ਦੀ ਮਾਨਸਿਕਤਾ ਪਤਾ ਕਮੈਂਟਾਂ ਵਿੱਚ ਲੱਗਦਾ ਹੈ। ਸਾਲੇ ਜਿਹੜੇ ਚਾਚਾ ਚਾਚਾ ਕਹਿੰਦੇ ਆ ਕੁੜੀ ਚੋਦੋ ਪਾਪਾ ਨੇ ਗਾਲ ਲੱਪੇ ਗਏ। ਗੁਰਦੁਆਰਾ ਜਿੰਨੇ ਖੋਲੇ ਨਾ ਸਾਰੇ ਬੰਦ ਕਰਾ ਦੇਣੇ, ਮਾੜੀਆਂ ਜਾਤਾਂ ਨੇ, ਸਿਰਫ ਜੱਟਾਂ ਦਾ ਗੁਰਦੁਆਰਾ ਖੋਲੂਗਾ। ਹੁਣ ਜੱਟ ਮੇਰੇ ਭਰਾ ਕੇ ਖੁਸ਼ ਨਾ ਹੋਣ ਕਿ ਸਾਨੂੰ ਗਾਲਾਂ ਨਹੀਂ ਕੱਢੀਆਂ, ਤੁਹਾਡਾ ਵੀ ਨੰਬਰ ਲੱਗੇਗਾ। ਜੱਟਾਂ ਦੇ ਛੇਤਰ ਪੈਣੇ, ਮੈਂ ਜੱਟ ਆ, ਜੱਟਾਂ ਦੇ ਪੂਰੇ ਛੇਤਰ ਪੈਣੇ, ਪੂਰੇ ਠੋਕ ਜਾ ਕੇ ਪੈਣੇ। ਫੱਕ ਯੂ ਬਿੱਚ, ਉਹ ਭੈਣ ਚੋਦ ਕੇ ਰੱਖ ਦੂੰ ਮੈਂ ਤੁਹਾਡੀ। ਤੇ ਇਹਨੂੰ ਫੋਲੋ ਕਰਨ ਵਾਲੇ ਇਹਦੇ ਵਰਗੇ ਕਲਾਨੀ ਹੈ, ਕਿਉਂਕਿ ਇਹ ਉਹਨਾਂ ਨੂੰ ਗਾਲਾਂ ਕੱਢਦਾ ਤੇ ਉਹ ਸਾਲਗੂ ਚਾਚਾ ਚਾ ਕਰਦੇ ਆ। ਤੁਹਾਡੀ ਭੈਣ ਦੀ ਕੁੜੀ ਦੀ, ਤੁਹਾਡੇ ਗੁਆਂਢੀਆਂ ਦੀ ਮਾਂ ਦੀ, ਤੁਹਾਡੇ ਸਾਰੇ ਪਿੰਡ ਦੀ ਮਾਂ ਦਾ, ਹੋਰ ਕੋਈ ਸੇਵਾ? ਜੇ ਫੁੱਦੋ ਨੇ ਸਿੰਘ ਹੁੰਦੇ ਨਾ ਇਹਨੇ 12 ਸਿੰਘਾਂ ਹੋਣਾ ਸੀਗਾ। ਹੁਣ ਆ ਵੀਡੀਓ ਵੇਖੀ ਤੁਸੀਂ, ਇਹ ਗਾਲਾਂ ਕੱਢ ਰਿਹਾ ਪਿੰਡ ਦਾ ਨਾਂ ਲੈ ਕੇ ਪੂਰਾ ਐਡਰੈਸ ਪਾ ਕੇ ਹਨਾ, ਤੇ ਇਸ ਪਿੰਡ ਦੇ ਬੰਦੇ ਦੇਖੋ ਕਮੈਂਟਾਂ ਵਿੱਚ ਆਪਣੀ ਭੈਣ ਪੇਸ਼ ਕਰ ਰਹੇ ਹੈ। ਇਹੋ ਜਿਹੇ ਬੰਦੇ ਹੁੰਦੇ ਆ ਸਾਲੇ ਮਹਿਫਲ ਵਿੱਚ ਬਹਿ ਕੇ ਨਾ ਆਪਣੀ ਭੈਣ ਦੀ ਖੂਬੀਆਂ ਗਿਣਾਈ ਜਾਣਗੇ, ਯਾਰ ਦੋਸਤਾਂ ਨੂੰ ਕਹਿਣਗੇ ਮੇਰੀ ਭੈਣ ਨਾ ਬੜੀ ਜਲਦੀ ਸੈੱਟ ਹੋ ਜਾਂਦੀ ਹੈ, ਜੇ ਨਹੀਂ ਯਕੀਨ ਆ ਚਲੋ ਮੇਰੇ ਨਾਲ ਮੇਰੇ ਘਰ ਦੇਖੋ ਮੇਰੀ ਭੈਣ ਟੋਫੀ ਪਿੱਛੇ ਮੰਨ ਜਾਂਦੀ ਹੈ। ਮੇਰੀ ਨਾ ਇੱਕ ਬੁਰੀ ਆਦਤ ਹੈ, ਗੱਲ ਦਿੰਦੇ ਪਦ ਮਾਰਦਾ, ਸੋਰੀ ਯਾਰ ਮੈਨੂੰ ਹਾਸਾ ਕੇ ਦੁਬਾਰਾ ਬੋਲੀ। ਮੈਂ ਮਾੜੇ ਕੰਮ ਸ਼ਰੇਆਮ ਕਰਦਾ ਤੇ ਚੰਗੇ ਕੰਮ ਥੋੜੇ ਜਿਹੇ ਲੁਕਾ ਕੇ।
ਵੱਡਾ ਸਮਾਜ ਸੇ ਵੀ ਇਹੋ ਜਿਹੇ ਹੁੰਦੇ ਆ ਸਾਲੇ ਜੇ ਕਿਸੇ ਨੂੰ ਪੇਸਟੀ ਵੀ ਖਵਾਉਣਾ ਜਨਮ ਦਿਨ ਤੇ ਉਹਦੀ ਪਹਿਲਾਂ ਵੀਡੀਓ ਬਣਾਉਂਦੇ ਆ ਉਸਤਾਦ ਇਹ ਗੱਲ ਸੀ ਮੈਨੂੰ ਤੂੰ ਜਨਮ ਤੋਂ ਹੀ ਫੁਕਰਾ ਸੀ ਜਾਂ ਬਾਅਦ ਚ ਕੋਰਸ ਕੀਤਾ ਅੱਧਾ ਪੰਜਾਬ ਦਾ ਯੂਥ ਮੰਤਰੀ ਰੈਲੀ ਵਿੱਚ ਅੱਧਾ ਇਹਨਾਂ ਵਰਗੇ ਟੈਂਪੂ ਦੇ ਪਿੱਛੇ ਸਾਲੂ ਕੀ ਦੇ ਰਹੇ ਇਹਨਾਂ ਦੀ ਪੰਜਾਬ ਨੂੰ ਕਦੀ ਪੰਜਾਬ ਦੇ ਹੱਕ ਵਿੱਚ ਬੋਲੇ ਆ ਕੋਈ ਇੱਕ ਰੀਲ ਦੱਸ ਦੋ ਮੈਨੂੰ ਕਦੀ ਇਹਨਾਂ ਨੇ ਪਾਈ ਹੋਵੇ ਪੰਜਾਬ ਦੀ ਜਿਹਦੇ ਵੀ ਗੱਲ ਕੀਤੀ ਹੋਵੇ ਨਾ ਫਿਰ ਸਾਲ ਕਹਿੰਦੇ ਪੰਜਾਬ ਵਿੱਚ ਨੌਕਰੀ ਨਹੀਂ ਗਿਆ ਨੌਕਰੀਆਂ ਬਹੁਤ ਪਰ ਤੁਹਾਡੀ ਨੀਤ ਹੀ ਨਹੀਂ ਕਰਨ ਵਾਲੀ ਸਾਲੋ ਇਹਨਾਂ ਪਿੱਛੇ ਲੱਗੇ ਟੈਂਪੂ ਦੇ ਪਿੱਛੇ ਆਈਡੀਆਂ ਤੇ ਉਹਨਾਂ ਨੇ ਗੰਦ ਪਾਇਆ ਜਾਂ ਯੂਟਿਊਬ ਤੇ ਜਾਂ ਇੰਸਟਾਗ੍ਰਾਮ ਤੇ ਜਾਂ ਸਨੈਪਚੈਟ ਤੇ ਅਸੀਂ ਉਹ ਸਾਰਾ ਕੁਝ ਡਿਲੀਟ ਕਰਾਉਣਾ ਠੀਕ ਹੈ ਜੇ ਉਹਨੇ ਸਿਰ ਤੇ ਪੱਗ ਰੱਖਣੀ ਆ ਤੇ ਜੇ ਨਹੀਂ ਰੱਖਣੀ ਸਾਡੇ ਲੋਕ ਭਾਵੇਂ ਪੁਲਿਸ ਪ੍ਰਸ਼ਾਸਨ ਸਾਰਾ ਸੱਦ ਲੇ ਤੇ ਸਾਰਿਆਂ ਨੇ ਸੱਦ ਕੇ ਵਿੱਚ ਸਾਡੇ ਨਾਲ ਗੱਲ ਕਰ ਲਏ ਵੀ ਮੈਂ ਭਾਈ ਗੰਦ ਪਾਉਣਾ ਤੇ ਅਸੀਂ ਕਹਾਂਗੇ ਭਾਈ ਫਿਰ ਪੱਗ ਸਾਡੀ ਮੋੜ ਦੇ ਸਾਡੇ ਨਾਲ ਨੰਗਾ ਹੋ ਕੇ ਨੱਚ ਸਾਨੂੰ ਕੋਈ ਮਤਲਬ ਨਹੀਂ ਤੇਰੇ ਉਹ ਯਾਰ ਇਹਦੀ ਕੀ ਦਸਤਾਰ ਲਵਾਉਣੀ ਹੈ ਜੇ ਦਸਤਾਰ ਲਵਾਉਣੀ ਤੇ ਇਹਨਾਂ ਦੀ ਲਵਾਓ ਕੋਈ ਨਸ਼ਾ ਨਹੀਂ ਕੀਤਾ ਮਤਲਬ ਮੇਰੇ ਕੋਲ ਸਾਈਕਲ ਦੀ ਕਾਤ ਨਹੀਂ ਹੈ ਇਸ ਵੇਲੇ ਸ਼ਿਫਟ ਗੱਡੀ ਨਾਲ ਪੁਲਿਸ ਨੇ ਮੈਨੂੰ ਬਲੈਕ ਕੀਤਾ ਜੇ ਥੈਂਕ ਯੂ ਜੀ ਆਹੋ ਗੱਡੀ ਦੇ ਤੁਸੀਂ ਸੁਣੇ ਤੁਹਾਨੂੰ ਕੋਈ ਤੇਲ ਪਾਉਣ ਪੈਸੇ ਦੇਗਾ ਨਾ ਉਦੋਂ ਹੋ ਜਿਓ ਇਹੋ ਜਿਹੇ ਬੰਦੇ ਦਾ ਇੱਕ ਹੀ ਧਰਮ ਹੁੰਦਾ ਆ ਉਹ ਹੁੰਦਾ ਆ ਪੈਸਾ ਥੋੜਾ ਸਾ ਵੀ ਭਗਵਾਨ ਨੇ ਦੀ ਹੋ ਜਰਾ ਉਪਯੋਗ ਮੋਦੀ ਜੀ ਇਹਨਾਂ ਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਹੈ ਇਹਨੂੰ ਸਮਝਾਉਣ ਦਾ ਮਤਲਬ ਹੈ ਮੱਝ ਕੇ ਬੀਨ ਬਜਾਣਾ ਨਾਲੇ ਕਿੰਨੇ ਕੁ ਤੁਸੀਂ ਸਮਝਾ ਲਓਗੇ ਇਹ ਸਾਰੇ ਡਰਾਂ ਭਰੀਆਂ ਪਈਆਂ ਪਰ ਸਾਡੇ ਅਸੀਂ ਆਪਣੀ ਨਿਗਾਹ ਨਾਲ ਆਪਣੇ ਯਿਸੂ ਨੂੰ ਸਵਰਗ ਦੇ ਵਿੱਚ ਜਿੰਦਾ ਵੇਖਦੇ ਹਾਂ ਯਿਸੂ ਮਸੀਹ ਜਿਹੜਾ ਸਾਡਾ ਯਿਸੂ ਸਲੀਬ ਦੇ ਉੱਤੇ ਚੜਿਆ ਸੀ ਯਿਸੂ ਜਿਹੜਾ ਸਲੀਬ ਤੇ ਉਹ ਤੁਹਾਨੂੰ ਦੇਖ ਗਿਆ ਗੁਰੂ ਗੋਬਿੰਦ ਸਾਹਿਬ ਦੋ ਸਾਹਿਬਜ਼ਾਦੇ 7 ਸਾਲ ਦੇ 9 ਸਾਲ ਦੀ ਉਮਰ ਵਿੱਚ ਨੀਹਾਂ ਵਿੱਚ ਜਿੰਦੇ ਚਿੰਦੇ ਤੇ ਗਏ ਉਹ ਤੁਹਾਨੂੰ ਨਹੀਂ ਦਿਸੇ ਦੋ ਸਾਹਿਬਜ਼ਾਦੇ ਜੰਗ ਦੇ ਮੈਦਾਨ ਸ਼ਹੀਦ ਹੋ ਗਏ 13 ਸਾਲ ਉਮਰ 17 ਸਾਲ ਦੀ ਉਮਰ ਵਿੱਚ 10 ਲੱਖ ਦੀ ਫੌਜ ਨਾਲ ਲੜਦੇ ਉਹ ਤੁਹਾਨੂੰ ਦਿਸੇ 392 ਤੀਰ ਸਾਹਿਬਜ਼ਾਦੇ ਅਜੀਤ ਸਿੰਘ ਦੇ ਲੱਗੇ ਸੀਗੇ ਫੱਟ ਉਹ ਤੁਹਾਨੂੰ ਦਿਸੇ ਉਹ ਸਰਦਾਰੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਂ ਕਿਤੇ ਹੋਰ ਚਦਮਾ ਉਹ ਫਿਰਦਾ ਕਿਤੇ ਹੋਰਾਂ ਭੈਣ ਦਿਆ ਯਾਰਾ ਤੈਨੂੰ ਸ਼ਰਮ ਨਹੀਂ ਆਉਂਦੀ ਪਰ ਯਿਸੂ ਤੁਹਾਨੂੰ ਸਲੀਪ ਚ ਖੜਾ ਦੇਖ ਗਿਆ ਬੈ ਯਾਰ ਇਹ ਕੀ ਸਿਖਾਉਂਦੇ ਚਰਚਾ ਵਿੱਚ ਕਿ ਜਿਹੜੇ ਸਾਰੇ ਬੰਦੇ ਉਧਰ ਨੂੰ ਤੁਰੇ ਆ ਵੈਰੀ ਜੀ ਨੇ ਮੱਚਦੇ ਨੇ ਮੱਚਦੇ ਰਹਿਣ ਲੋਕੀ ਭਾਵੇਂ ਤੱਪਦੇ ਰਹਿਣ ਲੋਕੀ ਭਾਵੇਂ ਤੱਪਦੇ ਰਹਿਣ ਅਸੀਂ ਯਿਸੂ ਗਾਵਾਂਗੇ ਹਾਲੇਲੂਯਾ ਦੇ ਨਾਰੇ ਲਾਵਾਂ ਆਹ ਕੋਈ ਤਾਂ ਸਿਖਾਉਂਦੇ ਇਹਨਾਂ ਨੂੰ ਹੁਣ ਇਹ ਕੰਮ ਨਹੀਂ ਮਿਲਦੇ ਇਹਨਾਂ ਨੂੰ ਗੁਰਦੁਆਰੇ ਮੰਦਰਾਂ ਵਿੱਚ ਤਾਂ ਹੀ ਇੱਦਾਂ ਭੱਜੇ ਫਿਰਦੇ ਆ ਫੁੱਦੂਓ ਜੇ ਰੱਬ ਦਾ ਨਾਂ ਲੈ ਕੇ ਰੱਬ ਦੇ ਘਰ ਜਾ ਕੇ ਵੀ ਤੁਹਾਡੇ ਅੰਦਰ ਦੀ ਹੋਮੇ ਨਹੀਂ ਨਾ ਮਰੀ ਇਹ ਜੀ ਬਕਚੋਦੀ ਕਰਨੀ ਹੈ ਨਾ ਫਿਰ ਤੁਹਾਨੂੰ ਉੱਥੇ ਜਾਂਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਸਾਡਾ ਕਿਸੇ ਘੰਟੇ ਟੱਕਰਨੀ ਭਾਵੇਂ ਇੱਧਰ ਚੱਲ ਜਾਓ ਭਾਵੇਂ ਉੱਧਰ ਚੱਲ ਜਾਓ ਤੁਹਾਡਾ ਕੋਈ ਹੱਲ ਨਹੀਂ ਹੋ ਸਕਦਾ ਅਰੇ ਬਾਪ ਰੇ ਇਹ ਤਾਂ ਧੋਤੀ ਖੋਲ ਰਿਹਾ ਹੈ ਯਾਰ ਮੈਂ ਨਾ ਰੋਸਟ ਤਾਂ ਕਰ ਦਿੱਤਾ ਪਰ ਮੈਨੂੰ ਹੁਣ ਡਰ ਲੱਗਦਾ ਕਿਤੇ ਮੈਂ ਚੋ ਬਲਜਿੰਦਰ ਸਿੰਘ ਮੈਨੂੰ ਕਿਤੇ ਫਾਇਰ ਹੀ ਨਾ ਕਰ ਦੇਵੇ ਇੱਕ ਇਹ ਹੋ ਗਿਆ ਤੇ ਇੱਕ ਨਰੂਲਾ ਹੋ ਗਿਆ ਇਹ ਦੋਨੇ ਮੈਨੂੰ ਲੋਕਾਂ ਨੂੰ ਫੁੱਦੂ ਬਣਾ ਰਹੇ ਆ ਮਗਰ ਕਿਉਂ ਮੈਂ ਤੇਰਾ ਕਿਆ ਵਿਗਾੜਾ ਥਾ ਇਹ ਨਹੀਂ ਅੰਕਲ ਜੀ ਮੈਂ ਤੁਹਾਨੂੰ ਨਹੀਂ ਕਿਹਾ ਮੇਰਾ ਮਤਲਬ ਜਿੱਦਾਂ ਸ਼ਕਤੀਮਾਨ ਦੇਖਦੇ ਤੁਸੀਂ ਗੰਗਾਧਰੀ ਸ਼ਕਤੀਮਾਨ ਹੈ ਉਸੇ ਤਰ੍ਹਾਂ ਅੰਕੁਰ ਹੀ ਨਰੂਲਾ ਹੈ ਪਰਮੇਸ਼ਵਰ ਯਿਸੂ ਮਸੀਹ ਨੇ ਇੱਕ ਵਾਰ ਬਾਈਬਲ ਮੇਂ ਇੱਕ ਚੋਰ ਕੀ ਪ੍ਰਸ਼ੰਸਾ ਕੀ ਕਿ ਤੁਮ ਅਧਰਮ ਕੇ ਧਨ ਸੇ ਉਸਨੇ ਮਿੱਤਰ ਬਣਾ ਲਿਆ ਯਾਨੀ ਉਸਕੋ ਧਨ ਕਾ ਇਸਤੇਮਾਲ ਕਰਨਾ ਆਤਾ ਹੈ ਪਰ ਮੇਰੇ ਲੋਕ ਜੋ ਮੂਰਖ ਹੈ ਉਹਨੇ ਧਨ ਕਾ ਇਸਤੇਮਾਲ ਕਰਨਾ ਨਹੀਂ ਆਤਾ ਉਹ ਆਪਣੇ ਧਨ ਸੇ ਆਪਣਾ ਫਿਊਚਰ ਬਣਾ ਰਹਾ ਹੈ ਪਰ ਮੇਰੇ ਲੋਕੋ ਕੋ ਧਨ ਸੇ ਫਿਊਚਰ ਬਣਾਣਾ ਨਹੀਂ ਆਤਾ ਹਾਲੇਲੂਯਾ ਅੱਧੇ ਪੰਜਾਬ ਦੇ ਲੋਕਾਂ ਦਾ ਇਹਨਾਂ ਨੇ ਧਰਮ ਬਦਲੀ ਕਰ ਦਿੱਤਾ ਹੈ ਪਰ ਇੰਨੇ ਬਿਜ਼ੀ ਆ ਨਾ ਕਿ ਆਪਣਾ ਨਾਮ ਬਦਲਣ ਦਾ ਇਹਨਾਂ ਕੋ ਟਾਈਮ ਨਹੀਂ ਹੈਗਾ ਸਾਲਾ ਕਿਹੜਾ ਕ੍ਰਿਸਚਨ ਯਾਰ ਹੁੰਦਾ ਜਿਹਦਾ ਨਾਮ ਸਿੰਘ ਲੱਗਦਾ ਹੈ ਬਲਜਿੰਦਰ ਸਿੰਘ ਬਣਿਆ ਫਿਰਦਾ ਹੈ ਕਿਹੜਾ ਕ੍ਰਿਸਚਨ ਜਿਹਦਾ ਨਾਮ ਇਹ ਨਰੂਲਾ ਲੱਗਦਾ ਅੰਕੁਰ ਨਰੂਲਾ ਦੀ ਗੱਲ ਕਰ ਰਿਹਾ ਮੈਂ ਪੰਜਾਬੀ ਲੋਕ ਈਸਾਈ ਧਰਮ ਅਪਣਾ ਲੈਂਦੇ ਆ ਨਾ ਉਹ ਆਪਣੀ ਜਾਤ ਪੋਤ ਨਹੀਂ ਬਦਲਦੇ ਕਿਉਂ ਕਿਉਂਕਿ ਫਿਰ ਉਹਨਾਂ ਦੀਆਂ ਜਿਹੜੀਆਂ ਰਾਖਵੇਂ ਕੋਟੇ ਵਾਲੀਆਂ ਸਹੂਲਤਾਂ ਉਹ ਬੰਦ ਹੋ ਜਾਣਗੀਆਂ ਜੇ ਉਹ ਆਪਣੇ ਨਾਮ ਮਸੀਹ ਲਾ ਲੈਂਦੇ ਨੇ ਤੇ ਉਹ ਜਿਹੜਾ ਐਸੀ ਕਾਸਟ ਇਹਦੇ ਵਿੱਚੋਂ ਉਹਨਾਂ ਦਾ ਨਾਮ ਨਿਕਲ ਜਾਂਦਾ ਹੈ ਫਿਰ ਉਹਨਾਂ ਨੂੰ ਜਿੰਨੀਆਂ ਵੀ ਚੱਲਦੀਆਂ ਵਾ ਸਕੀਮਾਂ ਸਹੂਲਤਾਂ ਉਹ ਨਹੀਂ ਮਿਲਦੀਆਂ ਅੱਛਾ ਇਹ ਸੀਨ ਹੈ ਤਾਂ ਹੀ ਨਾਂ ਨਹੀਂ ਬਦਲਦੇ ਮੈਂ ਕਹਿੰਦਾ ਸਾਡੇ ਨਾਂ ਕਿਉਂ ਨਹੀਂ ਬਦਲਦੇ ਆਪਣਾ ਹੁਣ ਇਹਨਾਂ ਨੂੰ ਪਤਾ ਆ ਦੋ ਦੋ ਪਾਸੇ ਖਾਂਦੇ ਆ ਇਹਦੇ ਤਾਂ ਉਹ ਹਿਸਾਬ ਹੈ ਜੋ ਦੱਸੇ ਉਂਗਲਾ ਕੜਾਈ ਚ ਕਿੱਦਾਂ ਕਹਿੰਦੇ ਨਹੀਂ ਕਿੱਦਾਂ ਕਹਿੰਦੇ ਯਾਰ ਦੱਸੇ ਉਂਗਲਾ ਕਿ ਉਹ ਸਿਰ ਕੜਾਈ ਚ ਉਹ ਹਿਸਾਬ ਇਹਨਾਂ ਦਾ ਆ ਇਹਨਾਂ ਨੂੰ ਪਤਾ ਆ ਇਧਰੋਂ ਲੋਕਾਂ ਨੂੰ ਵੀ ਬੇਵਕੂ ਬਣਾ ਕੇ ਪਏ ਖਾਂਦੇ ਪਏ ਆ ਤੇ ਉਧਰੋਂ ਸਰਕਾਰ ਨੂੰ ਵੀ ਬੇਵਕੂ ਬਣਾ ਕੇ ਖਾਂਦੇ ਪਏ ਆ ਜੇ ਨਾ ਬਦਲਿਆ ਤਾਂ ਫਿਰ ਐਸੀ ਕੋਟੇ ਦੀ ਸਹੂਲਤਾਂ ਨਹੀਂ ਮਿਲਣੀ ਆ ਮਜ਼ਾ ਆਇਆ ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਚਾਹਤਾ